ਪੰਜਾਬ ਸਿਹਤ ਵਿਭਾਗ ਦੇ ਵਿੱਚ ਖਾਲੀ ਪਈਆਂ ਕਈ ਹਜ਼ਾਰ ਪੋਸਟਾਂ ਜੋ ਕਿ ਨਵੰਬਰ ਤੋਂ ਲੈ ਕੇ ਫਰਵਰੀ ਦੇ ਫੇਜ਼ ਵਿੱਚ ਓਪਨ ਹੋਣੀਆਂ ਸਨ, ਉਹਨਾਂ ਦੇ ਰਿਗਾਰਡਿੰਗ ਇੱਕ ਵੱਡੀ ਅਪਡੇਟ ਹੋਣ ਆਈ ਹੈ, ਜਿਸ ਦੇ ਵਿੱਚ 8 ਨਵੰਬਰ ਨੂੰ ਜੋ ਮਿਨਿਸਟਰ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਚੇਤਨ ਸਿੰਘ ਜੋਰੂਮਾਜਰਾ ਹੈ, ਉਹਨਾਂ ਦਾ ਬਿਆਨ ਆਇਆ ਹੈ ਕਿ ਜਿਸ ਦੇ ਵਿੱਚ ਉਹਨਾਂ ਨੇ 637 ਵੈਕੈਂਟ ਪਈਆਂ ਪੋਸਟਾਂ ਡਾਕਟਰਾਂ ਦੀਆਂ ਫਿਲ ਕਰਨੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ 637 ਡਾਕਟਰਾਂ ਦੀਆਂ ਜੋ ਨਵੀਆਂ ਪੋਸਟਾਂ ਨੇ ਉਹਨਾਂ ਨੂੰ ਫਿਲ ਕੀਤਾ ਜਾਵੇਗਾ, ਇਹਨਾਂ ਦੀ ਰਿਕਰੂਟਮੈਂਟ ਆ ਜੋ ਸ਼ੁਰੂ ਕੀਤੀ ਜਾਏਗੀ। ਸੋ ਸਿਹਤ ਵਿਭਾਗ ਦੇ ਵਿੱਚ ਆਉਣ ਵਾਲੀ ਰਿਕਰੂਟਮੈਂਟ ਦੇ ਵਿੱਚ ਇੱਕ ਵੱਡੀ ਅਪਡੇਸ਼ਨ ਆਈ ਹੈ।